ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਵੱਡਾ ਤੋਹਫਾ। ਅੱਜ ਤੋਂ ਘਰ ਘਰ ਮਿਲੇਗਾ ਮੁਫ਼ਤ ਰਾਸ਼ਨ। ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਅੱਜ ਤੋਂ ਪੰਜਾਬੀਆਂ ਨੂੰ ਘਰ ਬੈਠੇ ਮਿਲਣਗੀਆਂ ਇਹ 42 ਵੱਡੀਆਂ ਸਹੂਲਤਾਂ। ਪੰਜਾਬ ਦੇ ਇਹਨਾਂ ਲੋਕਾਂ ਲਈ ਮਾਨ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਦਿਖਾਉਣਗੇ ਹਰੀ ਝੰਡੀ। ਮਾਨ ਸਰਕਾਰ ਦਾ ਵੱਡਾ ਤੋਹਫਾ, ਪੰਜਾਬ ਚ ਖੁੱਲਣਗੇ 100 ਨਵੇਂ ਮੁਹੱਲਾ ਕਲੀਨਿਕ, ਕੈਬਨਿਟ ਮੰਤਰੀ ਨੇ ਦਿੱਤੀ ਜਾਣਕਾਰੀ। ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਨਵੇਂ ਹੁਕਮ ਹੋਏ ਜਾਰੀ, ਹੁਣ ਆਨਲਾਈਨ ਜਮ੍ਹਾਂ ਹੋਣਗੀਆਂ ਸਾਲਾਨਾ ਗੁਪਤ ਰਿਪੋਰਟਾਂ। ਪੀਐਮ ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਨਵੀਂ ਵੱਡੀ ਕਾਰਵਾਈ, ਐਸਪੀ ਡੀਐਸਪੀ ਸਣੇ 6 ਪੁਲਿਸ ਅਧਿਕਾਰੀ ਕੀਤੇ ਸਸਪੈਂਡ। ਸੀਐਮ ਭਗਵੰਤ ਮਾਨ ਤੇ ਫੇਰ ਭੜਕੇ ਵਿਕਰਮ ਮਜੀਠੀਆ, ਸੁਣਾਈਆਂ ਖਰੀਆਂ ਖਰੀਆਂ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਅਟਲ ਸਕੀਮ ਨਾਲ ਜੁੜੇ ਕਰੀਬ 1.60 ਕਰੋੜ ਪਰਿਵਾਰਾਂ ਨੂੰ ਹੁਣ ਕਣਕ ਦੇਣ ਦੀ ਥਾਂ ਘਰ ਘਰ ਆਟਾ ਪਹੁੰਚਾਇਆ ਜਾਵੇਗਾ। ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਟਲ ਦਾਲ ਸਕੀਮ ਨਾਲ ਜੁੜੇ ਕੁਝ ਪਰਿਵਾਰਾਂ ਨੂੰ ਆਟੇ ਦੀਆਂ ਥੈਲੀਆਂ ਭੇਂਟ ਕਰਕੇ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮਗਰੋਂ 1 ਜਨਵਰੀ 2024 ਤੋਂ ਘਰ ਘਰ ਆਟੇ ਦੀ ਡਿਲੀਵਰੀ ਪਹੁੰਚਾਉਣ ਸੰਬੰਧੀ ਸਕੀਮ ਨੂੰ ਵੱਡੇ ਪੱਧਰ ਤੇ ਪੰਜਾਬ ਭਰ ਚ ਲਾਂਚ ਕੀਤਾ ਜਾਵੇਗਾ। ਸਰਕਾਰ ਦੇ ਹੁਕਮਾਂ ਨੂੰ ਦੇਖਦੇ ਹੋਏ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਸਰਕਾਰੀ ਖਰੀਦ ਏਜੰਸੀ ਮਾਰਫੈਡ ਵੱਲੋਂ ਸਕੀਮ ਨੂੰ ਲੈ ਕੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਵਿਭਾਗ ਦੇ ਅਧਿਕਾਰੀਆਂ ਵੱਲੋਂ 600 ਸਮਾਰਟ ਦੁਕਾਨਾਂ ਜ਼ਰੀਏ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ 5 ਤੋਂ 10 ਕਿਲੋ ਵਾਲੀ ਆਟੇ ਦੀ ਥੈਲੀ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਡੋਰ ਸਟੈਪ ਸੇਵਾ ਸ਼ੁਰੂ ਕੀਤੀ ਜਾਵੇਗੀ। ਹੁਣ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੀ 42 ਤਰ੍ਹਾਂ ਦੀਆਂ ਵੱਡੀਆਂ ਸਹੂਲਤਾਂ ਮਿਲਣਗੀਆਂ। ਲੋਕ ਹੁਣ ਘਰ ਬੈਠੇ ਹੀ ਆਪਣੇ ਜਨਮ ਸਰਟੀਫਿਕੇਟ, ਪ੍ਰਮਾਣ ਪੱਤਰ ਅਤੇ ਹੋਰ ਕਈ ਤਰ੍ਹਾਂ ਦੇ ਸਰਟੀਫਿਕੇਟ ਅਫਸਰਾਂ ਨੂੰ ਫੋਨ ਕਰਕੇ ਆਪਣੇ ਘਰ ਹੀ ਮੰਗਵਾ ਸਕਦੇ ਹਨ। ਘਰ ਬੈਠੇ ਕੰਮ ਹੋਣਗੇ, ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਅਫਸਰ ਖੁਦ ਲੋਕਾਂ ਦੇ ਘਰ ਆਉਣਗੇ ਅਤੇ ਬਹੁਤ ਸਾਰੇ ਦਫ਼ਤਰ ਬੰਦ ਕਰ ਦਿੱਤੇ ਜਾਣਗੇ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਕਾਲਜ ਅੰਮ੍ਰਿਤਸਰ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਮੌਕੇ ਕੀਤਾ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ, ਪੰਜਾਬ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਤਰਜੀਹ ਹੈ। ਲੋਕਾਂ ਦੀ ਸਹੂਲਤ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ, 42 ਤਰ੍ਹਾਂ ਦੇ ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਨਰਸਾਂ ਅਤੇ ਡਾਕਟਰਾਂ ਦੀ ਭਰਤੀ ਜਲਦੀ ਹੀ ਹੋਵੇਗੀ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ 27 ਨਵੰਬਰ ਯਾਨੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰਾ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਤੁਹਾਨੂੰ ਦੱਸ ਦੇ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤੀਰਥ ਯਾਤਰਾ ਯੋਜਨਾ ਦੀ ਪਹਿਲੀ ਰੇਲ ਗੱਡੀ ਅੰਮ੍ਰਿਤਸਰ ਤੋਂ ਨਾਂਦੇੜ ਲਈ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਇਸ ਤੀਰਥ ਯਾਤਰਾ ਰੇਲ ਗੱਡੀ ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਜਾਣਕਾਰੀ ਲਈ ਦੱਸ ਦੇ ਕਿ 6 ਨਵੰਬਰ ਨੂੰ ਪੰਜਾਬ ਕੈਬਨਿਟ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਤਹਿਤ 50,000 ਤੋਂ ਵੱਧ ਸ਼ਰਧਾਲੂ ਕਈ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਨੂੰ ਮੈਡੀਕਲ ਹੱਬ ਬਣਾਉਣ ਵਾਲਾ ਵੱਧ ਰਹੀ ਹੈ। ਸਿਹਤ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਹੁਣ ਤੱਕ 659 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮਾਨ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ 100 ਹੋਰ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ। ਇਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਜਲਦੀ ਹੀ ਇਹਨਾਂ ਵਿੱਚ ਸਿਹਤ ਸੇਵਾਵਾਂ ਸ਼ੁਰੂ ਹੋ ਜਾਣਗੀਆਂ, ਜਿਸ ਨਾਲ ਸੂਬੇ ਵਿੱਚ ਕੁੱਲ ਮੁਹੱਲਾ ਕਲੀਨਿਕਾਂ ਦੀ ਗਿਣਤੀ 759 ਹੋ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਗੁਪਤ ਰਿਪੋਰਟ ਹੁਣ ਆਨਲਾਈਨ ਭਰੀ ਜਾਵੇਗੀ। ਇਸ ਤੋਂ ਪਹਿਲਾਂ ਟੀਚਿੰਗ ਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸਾਲਾਨਾ ਗੁਪਤ ਰਿਪੋਰਟ ਹਾਰਡ ਕਾਪੀ ਜ਼ਰੀਏ ਭਰੀ ਜਾਂਦੀ ਸੀ। ਇਸ ਕਾਰਨ ਇਹ ਰਿਪੋਰਟਾਂ ਜਾਂ ਤਾਂ ਸਹੀ ਸਮੇਂ ਤੇ ਨਹੀਂ ਲਿਖੀਆਂ ਜਾਂਦੀਆਂ ਸੀ ਜਾਂ ਫਿਰ ਇਹਨਾਂ ਦੇ ਗੁਆਚਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਕਾਰਨ ਟੀਚਿੰਗ ਤੇ ਨਾਨ ਟੀਚਿੰਗ ਕਾਡਰ ਦੇ ਡੀਪੀਸੀ ਕਰਨ ਵਿੱਚ ਪਰੇਸ਼ਾਨੀ ਆਉਂਦੀ ਹੈ। ਇਸ ਲਈ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਾਲ 2023-24 ਅਤੇ ਇਸ ਤੋਂ ਬਾਅਦ ਭਰੀ ਜਾਣ ਵਾਲੀ ਸਾਲਾਨਾ ਗੁਪਤ ਰਿਪੋਰਟ 1HRMS ਪੋਰਟਲ ਜ਼ਰੀਏ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਦੀ ਹਾਰਡ ਕਾਪੀ ਜ਼ਰੀਏ ਪੇਸ਼ ਕੀਤੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਫਿਰੋਜ਼ਪੁਰ ਨੇੜੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਵਿੱਚ
ਪੰਜਾਬ ਪੁਲਿਸ ਨੇ ਬਠਿੰਡਾ ਦੇ ਐਸ ਪੀ ਸਣੇ 7 ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ। ਇਸ ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਕਈ ਚੋਟੀ ਦੇ ਅਧਿਕਾਰੀ ਨੂੰ ਇਸ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਿਨ੍ਹਾਂ ਵਿੱਚ ਤਤਕਾਲੀ ਗ੍ਰਹਿ ਸਕੱਤਰ ਡੀ ਜੀ ਪੀ ਸਣੇ ਐਡੀਸ਼ਨਲ ਡੀ ਜੀ ਪੀ ਤੇ ਐਸ ਐਸ ਪੀ ਰੈਂਕ ਦੇ ਅਧਿਕਾਰੀ ਸ਼ਾਮਿਲ ਹਨ। ਇਹ ਰਿਪੋਰਟ ਆਈ ਪੀ ਐਸ ਅਧਿਕਾਰੀ ਤੇ ਕੇਂਦਰਿਤ ਹੈ, ਜਿਸ ਵਿੱਚ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਇਸ ਕੁਤਾਹੀ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਗੁਰਦੁਆਰਾ ਅਕਾਲ ਬੁੱਗਾ ਸੁਲਤਾਨਪੁਰ ਲੋਧੀ ਤੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਪੁਲਿਸ ਵਿਚਾਲੇ ਹੋਈ ਝੜਪ ਲਈ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਿਕਰਮ ਮਜੀਠੀਆ ਨੇ ਟਵੀਟ ਕਰਦੇ ਲਿਖਿਆ ਕਿ ਅਸਲ ਗੱਲ ਤਾਂ ਭਗਵੰਤ ਦਾ ਗੁਰੂ ਘਰ ਤੇ ਦੂਜੀ ਧਿਰ ਦਾ ਕਬਜ਼ਾ ਕਰਾਉਣਾ ਸੀ। ਉਹਨਾਂ ਨੇ ਸਵਾਲ ਪੁੱਛਦਿਆਂ ਕਿਹਾ ਕਿ ਦੂਜੀ ਧਿਰ ਨਾਲ ਨਿੱਜੀ ਸਾਂ ਸੀ, ਇਸ ਲਈ ਮਜੀਠੀਆ ਨੇ ਅੱਗੇ ਲਿਖਿਆ ਕਿ ਅਬਦਾਲੀ ਦਾ ਰੋਲ ਅਦਾ ਕਰਦੇ ਹੋਏ ਅੰਮ੍ਰਿਤ ਵੇਲੇ ਗੁਰੂ ਘਰ ਪੁਲਿਸ ਭੇਜਣੀ ਤੇ ਗੋਲੀਆਂ ਚਲਵਾਉਣੀਆਂ। ਇਸ ਤਾਨਾਸ਼ਾਹੀ ਰਵੱਈਏ ਨਾਲ ਸੀਐਮ ਭਗਵੰਤ ਮਾਨ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਭੁਚੰਗੀਆਂ ਨੂੰ ਜੋ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਭਗਵੰਤੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਰੂ ਘਰ ਦੀਆਂ ਲਾਡਲੀਆਂ ਫੌਜਾਂ ਭੁਚੰਗੀ ਉਹਨਾਂ ਦੇ ਵਾਰਿਸ ਹਨ ਜਿਨ੍ਹਾਂ ਨੂੰ ਨੀਹਾਂ 'ਚ ਚੀਨੇ ਗਿਆ ਹੈ ਤੇ ਨੇਜਿਆਂ ਦੇ ਟੰਗਿਆ ਜਾਂਦਾ ਰਿਹਾ। ਓੜਕ ਸੱਚ ਦੀ ਜਿੱਤ ਹੋਵੇਗੀ। 27 ਤਰੀਕ ਨੂੰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ, ਉਸ ਦਿਨ ਅਸੀਂ ਡੋਰ ਸਟੈਪ ਡਿਲੀਵਰੀ ਕਰ ਰਹੇ ਹਾਂ ਸ਼ੁਰੂ ਸਰਵਿਸਿਸ ਦੀ। ਆਟਾ ਦਾਲ ਤਾਂ ਹੈਗਾ ਹੀ ਉਹਦੇ 'ਚ, ਬਾਕੀ ਸਰਵਿਸਿਸ ਦੇ ਵਿੱਚ 40-42 ਸਰਵਿਸਿਸ ਜਿਹੜੇ ਜਿਹੜੀਆਂ ਆਉਣ ਵਾਲੇ ਨਾ 'ਚ ਤੁਹਾਡੇ ਘਰ ਆਉਣਗੇ। ਤੁਸੀਂ ਫੋਨ ਕਰੋਗੇ, ਫੋਨ 'ਤੇ ਪੁੱਛਿਆ ਜਾਊਗਾ ਜੀ ਤੁਹਾਡੇ ਘਰ ਕਿੰਨੇ ਵਜੇ ਆਈਏ, ਉਸ ਟਾਈਮ 'ਤੇ ਤੁਹਾਡੇ ਮੁਤਾਬਕ ਉੱਥੇ ਆਊਗਾ ਅਫਸਰ। ਤੁਹਾਨੂੰ ਜਨਮ ਸਰਟੀਫਿਕੇਟ ਚਾਹੀਦਾ, ਕੋਈ ਹੋਰ ਪ੍ਰਮਾਣ ਪੱਤਰ ਚਾਹੀਦਾ, ਮਸ਼ੀਨ ਲੈ ਕੇ ਆਉਣਗੇ, ਕੰਪਿਊਟਰ ਨਾਲ ਤੁਹਾਡੇ ਘਰ ਉਹਦਾ ਜਿਹੜਾ ਪ੍ਰਿੰਟ ਆਊਟ ਕੱਢ ਕੇ ਦੇ ਦੇਣਗੇ। ਬਹੁਤ ਸਾਰੇ ਦਫ਼ਤਰਾਂ ਨੂੰ ਅਸੀਂ ਬੰਦ ਹੀ ਕਰ ਦਿਆਂਗੇ, ਕਿਉਂਕਿ ਸਭ ਤੋਂ ਵੱਧ ਖੱਜਲ ਖੁਆਰੀ ਦਫ਼ਤਰਾਂ 'ਚ ਹੁੰਦੀ ਹੈ, ਸਭ ਤੋਂ ਵੱਧ ਖੱਜਲ ਖੁਆਰੀ। ਸੋ ਪੇਸ਼ੈਂਟਸ ਨੂੰ ਤਹਿਸੀਲਾਂ 'ਚ, ਹੋਸਪਿਟਲਾਂ 'ਚ, ਤਹਿਸੀਲਾਂ 'ਚ, ਇਹ ਜਿਹੜੀਆਂ ਕਚਹਿਰੀਆਂ 'ਚ, ਇੱਥੇ ਅਸੀਂ ਪਬਲਿਕ ਸਰਵਿਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਾਵਾਂਗੇ ਲੋਕਾਂ ਨੂੰ। ਦੋ ਸੁਰਜੀਤ ਪਾਤਰ ਸਾਹਿਬ ਦਾ ਸ਼ੇਅਰ ਹੈ ਕਿ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ, ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਮਤਲਬ ਪਿੰਡ 'ਚ ਤਾਂ ਬਹੁਤ ਵੱਡੇ ਜ਼ਿਮੀਂਦਾਰ, ਸ਼ਹਿਰ ਜਾ ਕੇ ਜੋ ਜਾਂਦਾ ਅਦਾਲਤ 'ਚ ਜਾਂਦਾ, ਕੋਈ ਗੇਟ 'ਤੇ ਖੜ੍ਹਾ ਚਪੜਾਸੀ ਵੀ ਕਹਿੰਦਾ ਉਹ ਬੁੜਿਆ ਕਿੱਧਰ ਮੂੰਹ ਚੱਕਿਆ, ਤੀਜੇ ਕੁ ਦਿਨ ਆ ਜਾਂਦਾ, ਕੌਣ ਦੱਸੇ ਵੀ ਮੈਂ ਤਾਂ ਪਿੰਡ ਦਾ ਬਹੁਤ ਵੱਡਾ ਜ਼ਿਮੀਂਦਾਰ ਹਾਂ। ਸੋ ਇੱਜ਼ਤ ਬਹੁਤ ਜ਼ਰੂਰੀ ਹੈ, ਮਾਨ ਸਨਮਾਨ ਜਿਹੜਾ ਰੋਲ ਤਾਂ ਪਹਿਲਾਂ ਵਾਲਿਆਂ ਨੇ, ਮਤਲਬ ਤਹਿਸੀਲਾਂ 'ਚ ਸਾਡੇ ਬਾਪੂ ਕਚਹਿਰੀਆਂ 'ਚ, ਹਸਪਤਾਲਾਂ 'ਚ ਧੱਕੇ ਖਾਂਦੇ ਫਿਰਦੇ। ਸੋ ਉਹ ਅਸੀਂ ਜੇ ਇੱਜ਼ਤ ਮਾਣ ਉਹਨਾਂ ਨੂੰ ਬਹਾਲ ਕਰ ਦਈਏ, ਵੈਸੇ ਉਹਨਾਂ ਦੀ 10-10 ਸਾਲ ਉਮਰ ਵੱਧ ਜੂ ਕਿ ਚਲੋ ਆਪਣੀਆਂ ਅੱਖਾਂ ਨਾਲ ਦੇਖ ਲਿਆ ਪੰਜਾਬ ਪੱਟੜੀ 'ਤੇ ਚੜ੍ਹਦਾ ਜਾਂਦਾ, ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਦਾ ਜਾਂਦਾ। ਮੈਨੂੰ ਇੱਕ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਡਿਬੇਟ ਰੱਖੀ ਜਾਂਦੀ ਹੈ ਜਿੱਥੇ ਬਾਹਰ ਖਲੋ ਕੇ ਮੈਂ ਵੀ ਬੋਲਿਆ ਸੀਗਾ, ਔਰ ਮੈਂ ਕਿਹਾ ਸੀਗਾ ਕਿ ਸੀਐਮ ਸਾਹਿਬ ਮੇਰਾ ਉਹ ਕੱਦ ਜਾਂ ਮੇਰਾ ਉਹ ਲੈਵਲ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਜਾਂ ਕਿਸੇ ਵੀ ਪਾਰਟੀ ਦੇ ਪ੍ਰਧਾਨ, ਜਿਹਦੇ 'ਚ ਬੀ ਜੇ ਪੀ ਦੇ ਪ੍ਰਧਾਨ ਨੇ ਸ਼੍ਰੀ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਰ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਕਿ ਇਹਨਾਂ ਲੋਕਾਂ ਨਾਲ ਬਹਿਸ ਕਰ ਸਕਾਂ। ਹਾਂ, ਪਰ ਮੇਰੇ ਕੋਲ ਕੁਝ ਸੁਝਾਅ ਅਤੇ ਕੁਝ ਸ਼ਿਕਾਇਤਾਂ ਜ਼ਰੂਰ ਨੇ ਕਿ ਪੰਜਾਬ ਕਿਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ, ਪੰਜਾਬ ਦੇ ਨਾਲ ਕੀ ਸਾਜ਼ਿਸ਼ ਹੋ ਰਹੀ ਹੈ, ਔਰ ਇਹਨਾਂ ਗੱਲਾਂ ਵੱਲ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਜ਼ਰੂਰ ਦਿਵਾਉਣਾ ਚਾਹੁੰਦਾ, ਔਰ ਇਹ ਸਾਂਝਾ ਕਰਨ ਲਈ ਮੈਨੂੰ ਤੁਹਾਡੇ ਸਾਰੇ ਆਗੂਆਂ ਕੋਲੋਂ ਟਾਈਮ ਚਾਹੀਦਾ। ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ 17 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਮੈਨੂੰ ਵਿਆਹ ਸਮਾਗਮ ਦੇ ਵਿੱਚ ਮਿਲਦੇ ਨੇ, ਔਰ ਮੈਂ ਉਹਨਾਂ ਕੋਲ ਆਪਣੀ ਮੰਗ ਜਿਹੜੀ ਉਹ ਦੁਬਾਰਾ ਦੁਹਰਾਉਣਾ ਕਿ ਮੈਨੂੰ ਤੁਹਾਡਾ ਸਮਾਂ ਚਾਹੀਦਾ, ਪੰਜਾਬ ਦੇ ਹਾਲਾਤਾਂ ਦੇ ਉੱਤੇ ਮੈਂ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ। ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਵਾਪਸ ਚਲੇ ਜਾਂਦੇ, ਔਰ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦਾ ਮੈਨੂੰ ਫੋਨ ਆਉਂਦਾ ਕਿ 23 ਨਵੰਬਰ ਨੂੰ 10:30 ਤੁਸੀਂ ਮੇਰੇ ਕੋਲ ਮੇਰੇ ਚੰਡੀਗੜ੍ਹ ਘਰ ਆ ਸਕਦੇ ਹੋ ਅਤੇ ਉੱਥੇ ਆਪਾਂ ਬੈਠ ਕੇ ਗੱਲ ਕਰਦੇ ਹਾਂ, ਔਰ 23 ਨਵੰਬਰ ਨੂੰ ਮੈਂ ਜਦੋਂ ਉਹਨਾਂ ਕੋਲ ਪਹੁੰਚਦਾ ਅਤੇ 2-2.5 ਘੰਟੇ ਉਹਨਾਂ ਦੇ ਨਾਲ ਮੇਰੀ ਚਰਚਾ ਹੁੰਦੀ ਆ ਪੰਜਾਬ ਦੇ ਹਾਲਾਤਾਂ ਦੇ ਉੱਤੇ, ਪੰਜਾਬ ਦੀਆਂ ਜੋ ਪੰਜਾਬ ਜਿਹੜੀ ਸਥਿਤੀ 'ਚੋਂ ਗੁਜ਼ਰ ਰਿਹਾ ਵਾ ਉਹ ਮੈਂ ਤੁਹਾਡੇ ਲੋਕਾਂ ਨਾਲ ਵੀ ਸਾਂਝੀ ਕਰ ਰਿਹਾ, ਔਰ ਮੈਂ ਬਾਕੀ ਆਗੂਆਂ ਨਾਲ ਵੀ ਜਿਹੜੇ ਪਾਰਟੀਆਂ ਦੇ ਆਗੂ ਨੇ, ਬਾਕੀਆਂ ਦੇ ਬਾਕੀ ਪਾਰਟੀਜ਼ ਦੇ ਪ੍ਰਧਾਨ ਨੇ ਜਿਹੜੇ ਪੰਜਾਬ ਦੀ ਅਗਵਾਈ ਕਰਦੇ ਨੇ, ਮੈਂ ਉਹਨਾਂ ਨਾਲ ਵੀ ਇਹ ਚਰਚਾ ਜਿਹੜੀ ਉਹ ਜ਼ਰੂਰ ਕਰਨੀ ਚਾਹੁੰਦਾ ਕਿ ਮੈਨੂੰ ਤੁਸੀਂ ਥੋੜ੍ਹਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿਓ ਤਾਂ ਜੋ ਪੰਜਾਬ ਦੇ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਜਾ ਸਕੇ। ਜੇ ਤੁਸੀਂ ਮੈਨੂੰ ਸਮਾਂ ਨਹੀਂ ਵੀ ਦੇਣਾ ਚਾਹੁੰਦੇ ਪਰ ਇਹਨਾਂ ਗੱਲਾਂ ਦੇ ਉੱਤੇ ਗੌਰ ਜ਼ਰੂਰ ਕਰਿਓ, ਇਹਨਾਂ ਗੱਲਾਂ ਨੂੰ ਸਮਝ ਕੇ ਇਹਦੇ ਉੱਤੇ ਮਤਲਬ ਪਹਿਰਾ ਦੇਣ ਦੀ ਅਤੇ ਪੰਜਾਬ ਨੂੰ ਬਰਬਾਦੀ ਦੇ ਵਿੱਚੋਂ
ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਿਓ ਵੀ ਪੰਜਾਬ ਦੇ ਹਾਲਾਤ ਕਿਉਂ ਬਣ ਰਹੇ ਨੇ, ਪੰਜਾਬ ਕਿਉਂ ਕਿਉਂ ਹੀ ਅੱਜ ਵੀ ਜਿਹੜਾ ਬਰਬਾਦੀ ਵੱਲ ਵੱਧਦਾ ਜਾ ਰਿਹਾ ਵਾ। ਮੈਂ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਤੁਸੀਂ 1 ਨਵੰਬਰ ਨੂੰ ਡਿਬੇਟ ਰੱਖੀ ਸੀ, ਉੱਥੇ ਕੋਈ ਵੀ ਆਗੂ ਇੱਕ ਦੂਜੇ ਨਾਲ ਸਾਰੇ ਇੱਕ ਦੂਜੇ ਨੂੰ ਨੀਵਾਂ ਵਿਖਾਉਂਦੇ ਨੇ, ਕੋਈ ਵੀ ਨਹੀਂ ਸੀ ਆਉਣਾ ਚਾਹੁੰਦਾ। ਜਦੋਂ ਡਿਬੇਟ ਦੀ ਨੀਂਹ ਪੱਥਰ ਰੱਖਿਆ ਗਿਆ ਸੀਗਾ, ਸਾਰਿਆਂ ਨੇ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਸੀ, ਚਾਹੇ ਉਹਦੇ 'ਚ ਮੁੱਖ ਮੰਤਰੀ ਹੋਣ, ਚਾਹੇ ਉਹਦੇ 'ਚ ਵਿਰੋਧੀ ਪਾਰਟੀਆਂ ਦੇ ਆਗੂ ਹੋਣ, ਉਹ ਡਿਬੇਟ 'ਤੇ ਤੁਸੀਂ ਰੱਖ ਲਈਓ ਅਤੇ ਮੁੱਕ ਚੁੱਕੀ ਜੋ ਹੋਣਾ ਸੀਗਾ। ਜੇ ਸੱਚ 'ਚ ਤੁਸੀਂ ਪੰਜਾਬ ਦੇ ਹੁਣ ਦਰਦੀ ਹੋ ਅਤੇ ਹੁਣ ਤੁਹਾਨੂੰ ਡਿਬੇਟ ਦੀ ਥਾਂ ਦੇ ਉੱਤੇ ਇੱਕ ਹੈਲਦੀ ਡਿਸਕਸ਼ਨ, ਜਿਹਨੂੰ ਵਿਚਾਰ ਵਟਾਂਦਰਾ ਕਹਿੰਦੇ ਆ, ਉਹ ਜ਼ਰੂਰ ਸਾਰਿਆਂ ਦੇ ਨਾਲ ਕਰਨਾ ਚਾਹੀਦਾ ਔਰ ਸਾਰਿਆਂ ਦੇ ਨਾਲ ਇਹ ਰੱਖਣਾ ਚਾਹੀਦਾ ਵਾ। ਇਹ ਸਭ ਕੁਝ ਭੁਲਾ ਕੇ ਕਿ ਕਿਸੇ ਦੇ ਪਿਤਾ ਜੀ ਦੇ ਵੇਲੇ ਕੀ ਹੋਇਆ, ਕਿਸੇ ਦੇ ਦਾਦਾ ਜੀ ਦੇ ਵੇਲੇ ਕੀ ਹੋਇਆ, ਉਦੋਂ ਕੀ ਹਾਲਾਤ ਸੀਗੇ, ਉਦੋਂ ਕਿੰਨਾ ਹਾਲਾਤਾਂ ਦੇ ਵਿੱਚ ਹੋਇਆ, ਇਹ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਚਰਚਾ ਇਹ ਕਰਨੀ ਚਾਹੀਦੀ ਆ ਕਿ ਪੰਜਾਬ ਜਿਹੜਾ ਮੁੜ ਲੀਹ ਦੇ ਉੱਤੇ ਕਿਵੇਂ ਆਉਣਾ ਵਾ। ਮੈਨੂੰ ਮਾਨ ਸਾਹਿਬ ਕਹਿੰਦੇ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਹੋ ਰਹੀ ਹੈ, ਲੋਕ ਜਿਹੜੇ ਉਹ ਵਾਪਸ ਆ ਰਹੇ ਆ। ਮੈਂ ਉਹਨਾਂ ਦੀ ਦਰੁਸਤੀ ਕੀਤੀ ਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਰਿਵਰਸ ਮਾਈਗ੍ਰੇਸ਼ਨ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਆ, ਪਰ ਜਿਹੜੇ ਤਰੀਕੇ ਤੁਸੀਂ ਕਹਿ ਰਹੇ ਹੋ, ਜਿਹੜੀ ਸੋਚ ਦੇ ਨਾਲ ਤੁਸੀਂ ਕਹਿ ਰਹੇ ਹੋ, ਰਿਵਰਸ ਮਾਈਗ੍ਰੇਸ਼ਨ ਉਹ ਨਹੀਂ ਹੈ। ਰਿਵਰਸ ਮਾਈਗ੍ਰੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ 'ਚ ਲੋਕਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਅਤੇ ਉਹ ਕੈਨੇਡਾ ਅਮਰੀਕਾ ਤੋਂ ਵਾਪਸ ਆਉਣੇ ਸ਼ੁਰੂ ਹੋ ਗਏ। ਰਿਵਰਸ ਮਾਈਗ੍ਰੇਸ਼ਨ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਬਾਹਰ ਵੀ ਕੰਮ ਨਹੀਂ ਮਿਲ ਰਿਹਾ, ਉੱਥੇ ਉਹਨਾਂ ਦਾ ਖਰਚਾ ਨਹੀਂ ਨਿਕਲ ਰਿਹਾ ਔਰ ਉਹ ਪੰਜਾਬ ਦੇ ਵਿੱਚ ਰੋਂਦੇ ਕਰਲਾਉਂਦੇ ਜਿਹੜੇ ਉਹ ਫਿਰ ਵਾਪਸ ਆਪਣੇ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਇਹ ਰਿਵਰਸ ਮਾਈਗ੍ਰੇਸ਼ਨ ਹੈ ਤੁਹਾਡੀ, ਸਾਡੀ ਸਭ ਦੀ ਆਦਤ ਬਣ ਚੁੱਕੀ ਹੈ ਕਿ ਅਸੀਂ ਕਿਸੇ ਮੁਸ਼ਕਲ ਦਾ ਹੱਲ ਲੱਭਦੇ ਹੀ ਨਹੀਂ, ਉਸ ਮੁਸ਼ਕਲ ਦਾ ਹੱਲ ਲੱਭਣ ਦੀ ਬਜਾਏ, ਉਹਦੇ ਨਾਲ ਲੜਨ ਦੀ ਬਜਾਏ ਆਪਾਂ ਸਿਰਫ ਉੱਤੋਂ ਅੱਖਾਂ ਚੁਰਾਉਂਦੇ ਰਹਿੰਦੇ ਹਾਂ, ਉਹਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ 'ਚ ਨਸ਼ਾ ਇੰਨਾ ਵੱਧ ਗਿਆ, ਇੰਨਾ ਆਸਾਨੀ ਨਾਲ ਨਸ਼ਾ ਆਪਾਂ ਉਪਲਬਧ ਕਹਿ ਸਕਦੇ ਹਾਂ ਕਿ ਪੰਜਾਬ 'ਚ ਪੜ੍ਹਾਈ ਅਤੇ ਇਲਾਜ ਮਹਿੰਗਾ ਅਤੇ ਟਾਵਾਂ ਟਾਵਾਂ ਵਾ, ਪਰ ਨਸ਼ਾ ਹਰ ਜਗ੍ਹਾ ਦੇ ਉੱਤੇ ਅਤੇ ਸਸਤਾ ਤੁਹਾਨੂੰ ਮਿਲੀ ਜਾਂਦਾ ਵਾ। ਟਾਵਾਂ ਟਾਵਾਂ ਮੈਂ ਇਲਾਜ ਇਸ ਕਰਕੇ ਕਿਹਾ ਕਿ ਪਿੱਛੇ ਜੇ ਆ ਚਿਕਨਗੁਣੀਆ ਪੰਜਾਬ ਦੇ ਵਿੱਚ ਫੈਲਿਆ, ਮੇਰਾ ਖਿਆਲ ਤਕਰੀਬਨ ਹਰ ਘਰ ਹੀ ਉਹਦੇ ਨਾਲ ਪੀੜਿਤ ਰਿਹਾ, ਹਰ ਘਰ ਦੇ ਵਿੱਚ ਉਹ ਬਿਮਾਰੀ ਫੈਲੀ। ਕਰੋੜਾਂ ਦੀ ਆਬਾਦੀ ਆ ਪੰਜਾਬ ਦੀ, 3 ਕਰੋੜ ਦੀ ਆਬਾਦੀ ਹੈ, ਅਤੇ ਮੇਰਾ ਨਹੀਂ ਖਿਆਲ ਕਿ 300 ਬੰਦੇ ਦੀ ਰਿਪੋਰਟ ਵੀ ਚਿਕਨਗੁਣੀਆ ਦੀ ਜਿਹੜੀ ਉਹ ਆਈ ਹੋਵੇ ਕਾਗਜ਼ਾਂ ਦੇ ਵਿੱਚ, ਕਿਉਂਕਿ ਸਰਕਾਰ ਵੱਲੋਂ ਹਦਾਇਤਾਂ ਸੀਗੀਆਂ ਜਿੰਨੇ ਵੀ ਲੈਬ ਵਾਲੇ ਆ ਕਿ ਤੁਸੀਂ ਚਿਕਨਗੁਣੀਆ ਕਿਤੇ ਵੀ ਡਿਕਲੇਅਰ ਨਹੀਂ ਕਰਨਾ। ਇਹਦਾ ਮਤਲਬ ਇਹ ਤਾਂ ਨਹੀਂ ਕਿ ਪੰਜਾਬ 'ਚ ਚਿਕਨਗੁਣੀਆ ਫੈਲਿਆ ਹੀ ਨਹੀਂ, ਆਪਾਂ ਅੱਖਾਂ ਕਿਉਂ ਬੰਦ ਕਰਦੇ ਹਾਂ। ਹਰ ਬੰਦਾ ਹਰ ਪਰਿਵਾਰ ਦੇ ਵਿੱਚ ਅੱਜ ਵੀ ਜੋੜਾਂ ਦੇ ਦਰਦ ਦੇ ਨਾਲ 6-6 ਮਹੀਨੇ ਤੋਂ ਪੀੜਿਤ ਆ, ਅਤੇ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਚਿਕਨਗੁਣੀਆ ਹੋਇਆ ਨਹੀਂ ਹੈ। ਮੈਂ ਮਿਸਾਲਾਂ ਦੇ ਰਿਹਾ ਤੁਹਾਨੂੰ ਵੀ ਕਿਉਂ ਆਪਾਂ ਅੱਖਾਂ 'ਚ ਰੋਂਦੇ ਹਾਂ, ਆਪਾਂ ਨੂੰ ਤਗੜੇ ਹੋ ਕੇ ਹਰ ਬਿਮਾਰੀ ਦੇ ਨਾਲ ਲੜਨਾ ਚਾਹੀਦਾ। ਇਹੋ ਹਾਲ ਨਸ਼ੇ ਦਾ ਅਤੇ ਚਿੱਟੇ ਦਾ, ਉਹ ਪੁਲਿਸ ਕੋਲੋਂ ਬੰਦ ਨਹੀਂ ਹੋ ਰਿਹਾ, ਉਹ ਸਰਕਾਰ ਕੋਲੋਂ ਬੰਦ ਨਹੀਂ ਹੋ ਰਿਹਾ, ਪਰ ਉਹਨੂੰ ਬੰਦ ਕਰਨ ਦੇ ਹੱਲ ਨਹੀਂ ਲੱਭੇ ਜਾ ਰਹੇ, ਉਲਟਾ ਲੋਕਾਂ ਦੇ ਉੱਤੇ ਥੋਪਿਆ ਜਾ ਰਿਹਾ। ਜਿਵੇਂ ਪੁਲਿਸ ਨੇ ਆ ਗੁੰਮਰਾਹ ਕੀਤਾ, 2-3 ਕਮਿਸ਼ਨਰ ਸੀਗੇ ਇਹਨਾਂ ਦੇ ਜਲੰਧਰ ਵਾਲਾ ਲੁਧਿਆਣੇ ਵਾਲਾ, ਕਿ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਕਰਨੋ ਹੀ ਹਟ ਜਾਓ, ਇਹ ਕੋਈ ਨਸ਼ਾ ਬੰਦ ਕਰਨ ਦਾ ਹੱਲ ਨਹੀਂ। ਇਹ ਵੀ ਮੈਂ CM ਸਾਹਿਬ ਦੇ ਨਾਲ ਗੱਲ ਕੀਤੀ ਕਿ ਨਸ਼ਾ ਬੰਦ ਕਰਨ ਦਾ ਇਹ ਕੋਈ ਤਰੀਕਾ ਨਹੀਂ ਹੈ, ਨਸ਼ਾ ਬੰਦ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਲੋਕਾਂ ਨੂੰ ਕੰਮ ਚਾਹੀਦਾ, ਜਿਹੜਾ ਲੋਕਾਂ ਕੋਲ ਕੰਮ ਹੈਗਾ ਹੀ ਨਹੀਂ। ਸਰਕਾਰ ਵੱਲੋਂ ਜੇ ਮੈਂ ਗੱਲ ਕਰਾਂ ਤਾਂ ਨਵੀਂ ਖੇਡ ਪਾਲਿਸੀ ਜਿਹੜੀ ਆ ਉਦੋਂ ਅਸੀਂ ਪ੍ਰਵਾਨਗੀ ਦੇ ਚੁੱਕੇ ਹਾਂ। ਪਿੰਡਾਂ ਦੇ ਅੰਦਰ 10 ਪਿੰਡਾਂ ਦੇ ਅੰਦਰ ਇੱਕ ਖੇਡ ਨਰਸਰੀ ਬਣੂਗੀ, ਫਿਰ ਬਲਾਕ ਲੈਵਲ 'ਤੇ ਨਰਸਰੀ ਬਣੂਗੀ, ਉਸ ਤੋਂ ਬਾਅਦ ਜ਼ਿਲ੍ਹਾ ਲੈਵਲ 'ਤੇ ਜਿਹੜਾ ਹੈਗਾ ਸਪੋਰਟਸ ਕੰਪਲੈਕਸ ਸਾਰੇ ਜਾਣਗੇ, ਜਿੱਥੇ ਬੱਚੇ ਚਾਹੇ ਗਰੀਬ ਆ ਚਾਹੇ ਅਮੀਰ ਆ ਉਹਨਾਂ ਸਪੋਰਟਸ ਕੰਪਲੈਕਸ ਦੇ ਅੰਦਰ ਰਹਿ ਕੇ ਬੱਚੇ ਜਿਹੜੇ ਨੇਗੇ ਉਹ ਅੱਛੀ ਖੇਡ ਖੇਡਣਗੇ ਔਰ ਖੇਡਾਂ ਸਿੱਖਣਗੇ ਔਰ ਖੇਡਾਂ ਦੇ ਗੁਰ ਵੀ ਸਿੱਖਣਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਜਿਹੜੇ ਖਿਡਾਰੀ ਨੇ ਉਹ ਨੈਸ਼ਨਲ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਹੋਰ ਮੱਲਾਂ ਮਾਰ। ਇਹ ਪਹਿਲੀ ਵਾਰ ਹੋਇਆ ਗਾ ਲਗਭਗ 52 ਸਾਲ ਬਾਅਦ, ਜੇ ਮੈਂ ਗਲਤ ਨਾ ਵਾਂ 52 ਸਾਲ ਬਾਅਦ ਪੰਜਾਬ ਦੇ ਬੱਚਿਆਂ ਨੇ ਏਸ਼ੀਅਨ ਗੇਮਾਂ ਦੇ ਵਿੱਚ ਸਭ ਤੋਂ ਵੱਧ ਮੈਡਲ ਜਿਹੜੇ ਨੇਗੇ ਉਹ ਉਹਨਾਂ ਜਿੱਤ ਪ੍ਰਾਪਤ ਕੀਤੀ ਹੈ। ਤਾਂ ਹੋ ਸਕਿਆ ਕਿਉਂਕਿ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਫੈਸਲਾ ਸੀਗਾ ਕਿ ਖਿਡਾਰੀ ਜਦੋਂ ਖੇਡਣ ਲਈ ਗਰਾਊਂਡ 'ਚ ਜਾਣਗੇ ਉਸ ਤੋਂ ਪਹਿਲਾਂ ਤਿਆਰੀ ਲਈ ਅਸੀਂ ਉਹਨਾਂ ਨੂੰ 8 ਲੱਖ ਰੁਪਏ ਐਡਵਾਂਸ ਦੇ ਵੀ ਦਿੱਤੇ, ਤਾਂ ਇਹ ਹੋ ਸਕਿਆ ਕਿ ਅੱਜ ਸਾਡੇ ਵਿਦਿਆਰਥੀ ਸਾਡੇ ਖਿਡਾਰੀ ਜਿਹੜੇ ਨੇਗੇ ਉਹਨਾਂ ਨੇ ਨੈਸ਼ਨਲ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਵੱਡੀਆਂ ਮੱਲਾਂ ਮਾਰੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਖੇਡਾਂ ਨੂੰ ਅਸੀਂ ਹੋਰ ਉਤਸ਼ਾਹਿਤ ਕਰਾਂਗੇ। ਖੇਡਾਂ ਵਤਨ ਪੰਜਾਬ ਦੀਆਂ, ਖੇਡਾਂ ਵਤਨ ਪੰਜਾਬ 'ਚ ਬਹੁਤ ਸਾਰੇ ਖਿਡਾਰੀ ਨਿਖਰ ਕੇ ਸਾਹਮਣੇ ਆਏ ਨੇ, ਉਹਨਾਂ ਨੂੰ ਵੀ ਲਗਭਗ 33 ਕਰੋੜ ਦੇ ਜਿਹੜੇ ਇਨਾਮ ਆਪਣਾ ਨਗਦ ਇਨਾਮ ਨੇਗੇ ਉਹ ਇਸ ਸਾਲ ਦਿੱਤੇ ਗਏ ਨੇ, ਆਉਣ ਵਾਲੇ ਸਮੇਂ 'ਚ ਹੋਰ ਵਧਾਵਾਂਗੇ। ਸੋ ਖੇਡਾਂ ਨੂੰ ਜੇ ਤੁਸੀਂ ਅੱਗੇ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਨਸ਼ਿਆਂ ਦਾ ਖਾਤਮਾ ਹੋਊਗਾ। ਜਦੋਂ ਪਿੰਡਾਂ 'ਚ ਗਰਾਊਂਡ ਬਣਨਗੇ, ਜਦੋਂ ਪਿੰਡਾਂ 'ਚ ਗਰਾਊਂਡ ਬਣਨਗੇ, ਜਦੋਂ ਬੱਚੇ ਸਾਡੇ ਨੌਜਵਾਨ ਪੀੜ੍ਹੀ ਗਰਾਊਂਡ 'ਚ ਜਾਊਗੀ ਤਾਂ ਉਹ ਬਹੁਤ ਨਸ਼ਿਆਂ ਤੋਂ ਦੂਰ ਰਹੂਗੀ। ਸੋ ਨਸ਼ਿਆਂ ਨੂੰ ਖਤਮ ਕਰਨ ਲਈ ਇਹ ਵੀ ਇੱਕ ਮੈਂ ਸਮਝਦਾ ਬਹੁਤ ਵੱਡਾ ਯੋਗਦਾਨ ਜਿਹੜਾ ਸਪੋਰਟਸ ਡਿਪਾਰਟਮੈਂਟ ਪਾਊ। ਸਰ ਵਿਧਾਇਕ ਗੱਜਣ ਮਾਜਰਾ ਜੀ 'ਤੇ ਜਿਹੜਾ ED ਦੀ ਕਾਰਵਾਈ ਨੂੰ ਕਿਵੇਂ ਦੇਖੋ? ਦੇਖੋ, ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ
ਹੋਰਨਾਂ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦਾ ਦੁਰਉਪਯੋਗ ਕਰ ਰਹੀ ਆ, ਉਹਨਾਂ ਦਾ ਦੁਰਉਪਯੋਗ ਕਰ ਰਹੀ ਆ ਹਰ ਜਗ੍ਹਾ 'ਤੇ, ਜਿੱਥੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੂੰ ਜਿਹੜੇ ਕਿ ਜੇਲ੍ਹਾਂ 'ਚ ਡੱਕਿਆ ਹੈ। ਜਦਕਿ ਦੇਸ਼ ਜਾਣਦਾ ਗਾ ਕਿ ਸਾਡੇ ਮਨੀਸ਼ ਸਿਸੋਦੀਆ ਜੀ ਸਿੱਖਿਆ ਲਈ ਜਾਣੇ ਜਾਂਦੇ ਸੀਗੇ, ਦਿੱਲੀ 'ਚ ਉਹਨਾਂ ਦਾ ਸਿੱਖਿਆ ਦਾ ਮਾਡਲ ਦਿੱਲੀ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਗਾ, ਔਰ ਦੇਸ਼ ਦੇ ਲੋਕ ਉਹਨਾਂ ਦੀ ਸਿੱਖਿਆ ਦੇ ਮਾਡਲ ਦੀ ਤਾਰੀਫ ਕਰਦੇ ਨੇ। ਇਸੇ ਤਰ੍ਹਾਂ ਸਤਿੰਦਰ ਜੈਨ ਜੀ, ਉਹਨਾਂ ਦਾ ਮਹੱਲਾ ਕਲੀਨਿਕ ਦੇਖਣ ਲਈ ਬਾਹਰਲੇ ਦੇਸ਼ਾਂ ਦੇ ਵੱਡੇ ਵੱਡੇ ਡਿਗਨੀਟਰੀਜ਼ ਆਏ ਨੇਗੇ। ਸੋ ਸਾਡੀ ਪਾਰਟੀ ਨੂੰ ਤੋੜਨ ਦੇ ਲਈ ਜਿਹੜਾ ਬੀਜੇਪੀ ਯਤਨ ਕਰ ਰਹੀ ਹੈ, ਪਰ ਕਦੇ ਵੀ ਕਾਮਯਾਬ ਨਹੀਂ ਹੋਣਗੇ। ਅਸੀਂ ਲਗਾਤਾਰ ਪਾਰਟੀ ਦਾ ਪ੍ਰਚਾਰ ਪ੍ਰਸਾਰ ਲਗਾਤਾਰ ਦੇਸ਼ 'ਚ ਵਧਾਵਾਂਗੇ। ਸਰਦਾਰ ਜਸਵੰਤ ਸਿੰਘ ਗੱਜਣਮਾਜੇ ਸਾਡੇ ਸਤਿਕਾਰਯੋਗ ਵਿਧਾਇਕ ਨੇਗੇ, ਬੜੇ ਇਮਾਨਦਾਰ ਬੜੇ ਇਮਾਨਦਾਰ ਵਿਅਕਤੀ ਨੇਗੇ। ਮੈਂ ਸਮਝਦਾ ਉਹਨਾਂ ਨੇ ਕਦੇ ਵੀ ਜ਼ਿੰਦਗੀ ਜਿੰਨਾ ਕੁ ਮੈਂ ਜਾਣਦਾ ਬਹੁਤ ਲੰਬੇ ਅਰਸੇ ਤੋਂ ਜਾਣਦਾ, ਕਦੇ ਵੀ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਵੀ ਬੇਈਮਾਨੀ ਕਰਨੀ ਤਾਂ ਬਹੁਤ ਦੂਰ, ਕਦੇ ਬੇਈਮਾਨੀ ਬਾਰੇ ਸੋਚਿਆ ਤੱਕ ਨਹੀਂ ਹੈਗਾ। ਸੋ ਮੈਂ ਸਮਝਦਾ ਇਸ ਤਰ੍ਹਾਂ ਦਰਵੇਸ਼ ਵਿਅਕਤੀਆਂ ਨੂੰ ਜੇਲ੍ਹਾਂ ਦੇ ਅੰਦਰ ਡੱਕਣ ਤੋਂ ਪਤਾ ਲੱਗਦਾ ਗਾ ਕਿ ਬੀਜੇਪੀ ਜਿਹੜੀ ਆ ਉਹ ਕਿੰਨੀ ਆਮ ਆਦਮੀ ਪਾਰਟੀ ਦੇ ਘਬਰਾਹਟ ਵਿੱਚ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਲੋਕ, ਪੰਜਾਬ ਦੇ ਲੋਕ ਬੀਜੇਪੀ ਨੂੰ ਮੂੰਹ ਤੋੜ ਜਵਾਬ ਦੇਣ। ਸਿਹਤ ਨੂੰ ਲੈ ਕੇ ਜਿਹੜੀ ਇੰਗੀ ਸੱਤਾ 'ਚ ਆਈ ਸੀਗੀ ਅਤੇ ਅਮਰਗੜ੍ਹ ਦੇ ਵਿੱਚ ਜਿਹੜੇ ਹੈਗੇ ਨੇ ਐਮਰਜੈਂਸੀ ਸੇਵਾਵਾਂ ਵੀ ਠੱਪ ਹੋਈਆਂ ਪਈਆਂ ਨੇ, ਕੀ ਕਹੋਗੇ? ਦੇਖੋ ਤੁਸੀਂ ਇਹ ਮਾਮਲਾ ਧਿਆਨ 'ਚ ਲਿਆਂਦਾ ਗਾ, ਜਿਹੜੇ ਡਾਇਰੈਕਟਰ ਦੀ ਘਾਟ ਆ ਜਾਂ ਕੋਈ ਹੋਰ ਸੇਵਾਵਾਂ ਨੇ ਬਿਲਕੁਲ ਜਲਦੀ ਸ਼ੁਰੂ ਕਰ ਦਿਆਂਗੇ। ਸਰ ਫਾਇਰ ਬ੍ਰਿਗੇਡ ਦੀ ਸਮੱਸਿਆ ਹੈ ਜੀ, ਫਾਇਰ ਬ੍ਰਿਗੇਡ ਦੀ ਕੱਲ੍ਹ ਵੀ ਇੱਕ ਘਟਨਾ ਵਾਪਰੀ ਇੱਥੇ ਟਰਾਲੀ ਦੀ ਅਸਗਨੀ ਲੰਮੇ ਸਮੇਂ ਤੋਂ ਜਿਹੜੇ ਹੈਗੇ ਜਿਹੜੀਆਂ ਵੀ ਸਮੱਸਿਆਵਾਂ ਨੇਗੀਆਂ, ਮੈਂ ਸਾਡੇ ਕੋਲ ਸਾਰੀ ਸਰਦਾਰ ਜਸਵੰਤ ਸਿੰਘ ਜੀ ਗਜਨਮਾਜਰਾ ਸਾਹਿਬ ਦੀ ਸਮੁੱਚੀ ਟੀਮ ਉਹਨਾਂ ਦੀ ਖੜੀ ਆ। ਸੋ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਅਸੀਂ ਕਰ ਦਿੰਦੇ। ਸਰ ਅਕਾਲੀ ਸਰਕਾਰ ਮੌਕੇ ਨਵਾਂ ਬੱਸ ਸਟੈਂਡ ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਸੀ, ਪਰ ਉਹ ਅੱਜ ਬਿਲਕੁਲ ਉੱਥੇ ਬੱਸਾਂ ਨਹੀਂ ਖੜਦੀਆਂ ਹੈਗੀਆਂ, ਬਿਲਕੁਲ ਮੰਦੇ ਹਾਲ ਦੇ ਵਿੱਚ ਆ, ਕਿ ਉਹਦੇ ਬਾਰੇ ਕੁਛ ਸਰਕਾਰ ਕੋਈ ਗੱਲ ਨਹੀਂ? ਜਿਹੜੀਆਂ ਵੀ ਤੁਹਾਡੀਆਂ ਸਮੱਸਿਆਵਾਂ ਨੇ ਜੋ ਸਾਰੀਆਂ ਮੈਂ ਪਤਾ ਕਰ ਲੈਣਾ ਕਿਹੜੀਆਂ ਕਿਹੜੀਆਂ ਨੇ, ਮੈਂ ਐਸਡੀਐਮ ਸਾਹਿਬ ਤੋਂ ਪੁੱਛ ਲੈਣਾ, ਇੱਕ ਸਾਰੀਆਂ ਦਾ ਹੱਲ ਕਰਾਂਗੇ।